ਹੁਣ ਤੋਂ 5 ਦਿਨ ਪਹਿਲਾਂ ਤੱਕ ਸਿੱਧੂ ਸਾਹਿਬ ਭਗਵੰਤ ਮਾਨ ਨੂੰ ਤੇ ਕੇਜਰੀਵਾਲ ਨੂੰ ਗਾਲਾਂ ਦੇ ਰਹੇ ਸੀ ਜੀ ਕਿ ਸਾਡੀਆਂ ਧੀਆਂ ਭੈਣਾਂ ਨੂੰ ਤੁਸੀਂ 1000 ਰੁਪਏ ਦੇ ਕੇ ਭਖਾਰ ਨਾ ਬਣਾਉਂਗੇ ਪੈਸੇ ਕਿੱਥੋਂ ਲਿਆਉਂਗੇ ਅਸੀਂ ਦੱਸਤਾ 2 ਕਰੋੜ ਰੁਪਏ ਲੱਗਣਾ ਹੈ ਕੱਲਾ 2000 ਕੱਲਾ 2000 ਆਪਣਾ 20000 ਕਰੋੜ ਤੇ ਕੱਲੇ ਰੇਤੇ ਚੋਂ ਬਚੂਗਾ ਮਾਨ ਸਨਮਾਨ ਦੇ ਦਾਂਗੇ ਫਿਰ ਕੀ ਹੁੰਦਾ ਤਾਂ ਸਿੱਧੂ ਸਾਹਿਬ ਨੇ ਕਿਹਾ ਜੇ ਮੇਰੀ ਘਰਵਾਲੀ ਨੂੰ 1000 ਰੁਪਏ ਆਇਆ ਮੈਂ ਚੱਕ ਕੇ ਪੈਰਾਂ 'ਚ ਮਾਰੂੰਗਾ ਭਾ ਕੇ ਨਾ ਕੋਈ ਗੱਲ ਨਹੀਂ ਤੁਹਾਡੇ ਲਈ ਸ਼ਾਇਦ 1000 ਰੁਪਏ ਕੁਛ ਨਾ ਮੈਨੇ ਰੱਖਦਾ ਹੋਵੇ ਕਰੋੜਾਂ ਪਤੀਆਂ ਅਸੀਂ ਕਿਸੇ ਹੋਰ ਗਰੀਬ ਨੂੰ ਦੇ ਦਾਂਗੇ ਅੱਜ ਕੀ ਨੋਸ ਕਰ ਰਹੇ ਸੀਗੇ 2000 ਰੁਪਇਆ ਜਿਹੜੀ 5ਵੀਂ ਪੜ੍ਹ ਗਈ ਉਹਨੂੰ 5000 ਜਿਹੜੀ 10ਵੀਂ ਕਰ ਗਈ ਉਹਨੂੰ 15000 ਜਿਹੜੀ 12ਵੀਂ ਕਰ ਗਈ ਉਹਨੂੰ 20000 ਤੇ ਨਾਲੇ ਜਿਹੜੀ ਕਾਲਜ ਜਾਣਾ ਚਾਹੁੰਦੀ ਹੈ ਉਹਨੂੰ ਸਕੂਟੀ ਤੇ ਲੈਪਟਾਪ 8 ਸਿਲੰਡਰ ਹੁਣ ਫਿਰ ਕੋਈ ਮਸ਼ੀਨ ਨੋਟ ਛਾਪਣ ਵਾਲੀ ਲੱਭ ਗਈ ਕਾਂਗਰਸ ਨੂੰ ਇਸ ਕਰਕੇ ਮਤਲਬ ਕਿਸੇ ਹੋਰ ਦੀ ਤੁਸੀਂ ਉਸੇ ਗੱਲ ਤੇ ਨਿੰਦਾ ਕਰ ਰਹੇ ਹੋ ਠੀਕ ਹੈ ਨਾ ਸਾਈਕਲ ਦੇ ਵੀ ਸਟੈਂਡ ਹੁੰਦਾ ਹੈ ਕਿਸੇ ਸਟੈਂਡ ਤੇ ਅੱਜ ਦਾ ਜਿਹੜਾ ਇਹਨੂੰ ਲੈ ਕੇ ਕੀ ਕਿਹਾ ਇਹਨਾਂ ਨੇ ਕਰਮਚਾਰੀਆਂ ਦਾ ਕੀ ਕਹਿਣਾ ਹੈ ਦੇਖੋ ਇਹਨਾਂ ਨੇ ਇਹ ਸਾਨੂੰ ਮਿਲੇ ਸੀਗੇ ਜਿਸ ਦਿਨ ਕੇਜਰੀਵਾਲ ਜੀ ਆਏ ਸੀ ਮੰਗ ਪੱਤਰ ਇਹਨਾਂ ਦਾ ਕਿ ਸਾਨੂੰ ਕੰਟੀਨਿਊ ਕਰ ਲਓ ਅਸੀਂ ਹੈਲਥ ਵਰਕਰਸ ਹੈਗੇ ਆ ਟ੍ਰੇਨਡ ਹੈਗੇ ਨੇ ਸਭ ਕੁਝ ਜਦ ਕਿ ਲੋੜ ਵੀ ਹੈਗੀ ਹੈ ਪੋਸਟਾਂ ਖਾਲੀ ਪਈਆਂ ਨੇ ਸੋ ਤੁਸੀਂ ਉਹਨਾਂ ਨੂੰ ਤੁਸੀਂ ਡੈਪੂਟੇਸ਼ਨ ਤੇ ਰੱਖ ਕੇ ਕੱਚੇ 2 ਮਹੀਨੇ 3 ਮਹੀਨੇ ਮਿਸ਼ਨ ਫਤਿਹ ਕਰਕੇ ਤੁਸੀਂ ਇਹਨਾਂ ਨੂੰ ਤਾਂ ਫੇਲ ਕਰਤਾ ਨਾ ਅਸੀਂ ਤਾਂ ਇਹ ਕਹਿੰਦੇ ਹਾਂ ਮੈਂ ਤਾਂ ਬੇਨਤੀ ਉਸ ਦਿਨ ਠੰਡ ਦੇ ਵਿੱਚ ਉੱਪਰ ਛੱਤ ਤੇ ਬਹਿਣਾ ਕੋਈ ਮੈਂ ਜਾ ਕੇ ਆਉਂਗਾ ਮੈਂ ਉੱਪਰ ਵੀ ਜਾਵਾਂਗਾ ਦੇਖੋ ਪਾਣੀ ਦੀ ਟੈਂਕੀਆਂ ਤੇ ਚੜੇ ਬੈਠੇ ਨੇ ਲੋਕ ਟਾਵਰਾਂ ਤੇ ਚੜੇ ਬੈਠੇ ਨੇ ਆ ਛੱਤ ਤੇ ਚੜੇ ਇਹ ਕੋਈ ਫੋਟੋਆਂ ਖਿਚਾਉਣ ਵਾਸਤੇ ਸ਼ੌਕ ਵਾਸਤੇ ਥੋੜੀ ਬੈਠੇ ਨੇ ਜਾਂ ਟੀਵੀ ਤੇ ਆਪਦਾ ਮੂੰਹ ਚਿਹਰਾ ਲਿਆਉਣ ਵਾਸਤੇ ਥੋੜੀ ਬੈਠੇ ਨੇ ਇਹ ਮਜਬੂਰੀ ਨੂੰ ਬੈਠੇ ਨੇ ਅਸੀਂ ਰੋਜ਼ਗਾਰ ਦੀ ਭਾਲ ਹੈ ਜਿਹੜੀਆਂ ਕਹਿੰਦੇ ਨੇ ਕਿ ਅਸੀਂ ਵੈਸੇ ਵੀ ਆਪਣੀ ਲਾਈਫ ਨੂੰ ਖਰਾਬ ਕਰ ਚੁੱਕੇ ਹਾਂਗੇ ਤੇ ਤੂੰ ਵਧੀਆ ਕੰਮਾਂ 'ਚ ਜਾਈਏ ਉਹ ਪਹਿਲੇ 100 ਦਿਨ ਦਾ ਹਿਸਾਬ ਤਾਂ ਦਿੰਦੀ ਦੇਖੀ ਹੈ ਪਰ ਇਹ ਪਹਿਲੀ ਸਰਕਾਰ ਹੈ ਕਾਂਗਰਸ ਵਾਲੀ ਜਿਹੜੀ ਆਖਰੀ 100 ਦਿਨ ਦਾ ਹਿਸਾਬ ਦੇ ਰਹੇ ਨੇ ਬਾਕੀ 4.5 ਸਾਲ ਜਿਹੜਾ ਲੋਕਾਂ ਨੂੰ ਦੁਖੀ ਕੀਤਾ ਘਰ ਘਰ ਨੌਕਰੀਆਂ ਕਰਜ਼ੇ ਮਾਫ 5-5 ਮਰਲਿਆਂ ਦੇ ਪਲਾਟ ਸਮਾਰਟ ਫੋਨ ਉਹ ਕਿੱਧਰ ਗਏ ਉਹ ਕਹਿੰਦੇ ਕੈਪਟਨ ਸੀ ਵੱਡੇ ਸਾਰੇ ਪੋਸਟਰ ਲਗਾਤੇ ਆ ਵੱਡਾ ਬਜਟ ਜਿਹੜਾ ਹੈ ਪੋਸਟਰਾਂ ਤੇ ਫਲੈਕਸਾਂ ਦੇ ਉੱਤੇ ਖਰਚ ਕਰ ਦਿੱਤਾ ਗਿਆ ਜਿੰਨਾ ਬਜਟ ਇਹਨਾਂ ਨੇ ਪੋਸਟਰਾਂ ਤੇ ਲਾਇਆ ਨਾ ਜੇ ਕਿਤੇ ਇਹਨਾਂ ਕੁੜੀਆਂ ਨੇ ਇਹਨਾਂ ਦੇ ਚੁੱਲ੍ਹੇ ਚੱਲ ਅਸੀਂ ਤਾਂ ਜੀ ਸਾਡੀ ਸਰਕਾਰ ਆਉਣ ਦੋ ਅਸੀਂ ਤਾਂ ਪੰਜਾਬ ਦਾ ਖਜ਼ਾਨਾ ਜਿਹੜਾ ਉਹ ਵੀ ਭਰਾਂਗੇ ਜਿਹੜੀਆਂ ਮਾਫੀਆ ਯੇ ਵੋ ਭ੍ਰਿਸ਼ਟਾਚਾਰ ਦਾ ਪੈਸਾ ਜਿਹੜਾ ਲੀਡਰਾਂ ਦੀਆਂ ਜੇਬਾਂ 'ਚ ਜਾਂਦਾ ਉਹ ਜੇਬਾਂ 'ਚੋਂ ਕੱਢ ਕੇ ਖਜ਼ਾਨੇ 'ਚੋਂ ਜਦੋਂ ਕੱਢ ਕੇ ਫਿਰ ਇਹਨਾਂ ਨੂੰ ਜਿਹੜੇ ਕੁਆਲੀਫਾਈਡ ਨੇ ETT ਵਾਲੇ ਟੈਟ ਵਾਲੇ ਆਸ਼ਾ ਵਰਕਰਾਂ ਆਂਗਣਵਾੜੀ ਵਾਲੇ ਕੌਣ ਬੰਦਾ ਹੈ ਪੰਜਾਬ ਦੇ ਵਿੱਚ ਜਿਹੜਾ ਸੁਖੀ ਹੈ ਮੈਨੂੰ ਦੱਸ ਸੋ ਇਹ ਹੁਣ ਜਾਂਦੀ ਵਾਰ ਦੇ 2-3 ਦਿਨ ਨੇ ਇਹਨਾਂ ਦੇ ਸੋ ਮੈਂ ਤਾਂ ਇਹੀ ਬੇਨਤੀ ਕੀਤੀ ਹੈ ਔਰ ਮੇਰੀ ਬੇਨਤੀ ਮੰਨੀ ਹੈ ਇਹਨਾਂ ਭੈਣਾਂ ਨੇ ਮੈਂ ਇਸ ਗੱਲ ਲਈ ਸ਼ੁਕਰੀਆ ਅਦਾ ਕਰਦਾ ਅਜੇ ਮਰਮਰਤ ਖੁਲਾ ਦਿੱਤਾ ਗਿਆ ਹਾਂਜੀ ਪਾਣੀ ਪਿਆ ਤੇ ਜਦੋਂ ਸਾਡੀ ਅਸੀਂ ਇਹਨਾਂ ਨੇ ਇਹ ਵੀ ਵਾਅਦਾ ਕੀਤਾ ਜਦੋਂ ਸਾਡੇ ਕੋਲ ਹਰੇ ਰੰਗ ਦਾ ਪੈਨ ਆ ਗਿਆ ਕੋਈ ਤਾਕਤ ਪਾਵਰ ਆਈ ਸਾਡੇ ਕੋਲ ਤਾਂ ਸਾਡਾ ਜਿਹੜਾ ਪੈਨ ਹੈ ਜਿਹੜਾ ਪਹਿਲੇ 5-7 ਫੈਸਲੇ ਜਿਹੜੇ ਹੋਣਗੇ ਕੈਬਨਿਟ ਦੇ ਵਿੱਚ ਉਹਨਾਂ ਦੇ ਵਿੱਚ ਇਹਨਾਂ ਸਾਰਿਆਂ ਦਾ ਇਸ ਤੋਂ ਬਾਅਦ ਬਿਜਲੀ ਬੋਰਡ ਵਾਲੇ ਵੀ ਹੈ ਜਿਹੜੇ ਉਹ ਵੀ ਬਾਹਰ ਬੈਠੇ ਆ ਜੀ ਮੈਂ ਕਿਹਾ ਜੀ ਕੌਣ ਹੈਗਾ ਜਿਹੜਾ ਨਹੀਂ ਬੈਠਾ ਇਕੱਲਾ ਕੈਪਟਨ ਮਹਿਲਾਂ 'ਚ ਬੈਠਾ ਹੈ ਠੀਕ ਹੈ ਤੇ ਬਾਕੀ ਸਾਰਾ ਪੰਜਾਬ ਸੜਕਾਂ 'ਤੇ ਬੈਠਾ ਉਹ ਵਾਅਦੇ ਕਰਕੇ ਵੱਡੇ ਹੁਣ ਉਹ ਚਲੇ ਗਏ BJP ਨਾਲ ਹੁਣ ਕਹਿੰਦੇ ਅਸੀਂ ਇੱਧਰੋਂ ਆਵਾਂਗੇ ਸੋ ਇਹ ਲੋਕਾਂ ਨੂੰ ਸਾਰਾ ਪਤਾ ਲੱਗ ਗਿਆ ਲੋਕ ਮਨ ਬਣਾਈ ਬੈਠੇ ਨੇ ਕਿ ਯਾਰ ਕੋਈ ਚੰਗੇ ਬੰਦੇ ਲਿਆਈਏ ਜਿਨ੍ਹਾਂ ਨੇ ਹਸਪਤਾਲ ਬਿਜਲੀ ਪਾਣੀ ਦਿੱਲੀ ਦੇ ਵਿੱਚ ਠੀਕ ਕਰਤਾ ਜਿਹਨੂੰ ਮਤਲਬ ਦੁਨੀਆਂ ਭਰ ਦੇ ਰਾਸ਼ਟਰਪਤੀ ਜਾਂ ਉਹਨਾਂ ਦੇ ਰਾਸ਼ਟਰ